ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਗਵਾੜਾ ਵਿਖੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ, ਜਦਕਿ ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜਾਣਕਾਰੀ ਮੁਤਾਬਕ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਾਈਵੇ ਪੈਟਰੋਲਿੰਗ ਪਾਰਟੀ ਦੇ ASI ਬਿੰਦਰ ਲਾਲ ਪੁੱਤਰ ਗੁਰਦੇਵ ਰਾਮ ਵਾਸੀ ਭਾਣੂਕੀ ਜਦੋਂ ਆਪਣੀ ਪਤਨੀ ਵੀਨਾ ਰਾਣੀ ਨਾਲ ਮੋਟਰਸਾਈਕਲ 'ਤੇ ਜਾ ਰਹੇ ਸਨ ਤਾਂ ਸ਼ੂਗਰ ਮਿਲ ਚੌਂਕ ਵਿਖੇ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬਿੰਦਰ ਲਾਲ ਅਤੇ ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਬਿੰਦਰਪਾਲ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ, ਜਦਕਿ ਉਸਦੀ ਪਤਨੀ ਵੀਨਾ ਰਾਣੀ ਨੂੰ ਪਰਿਵਾਰਕ ਮੈਂਬਰਾਂ ਨੇ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ। ਹਾਂਜੀ, ਸਾਡੇ ਕੋਲ ਦੋ ਆਏ ਹਸਬੈਂਡ ਵਾਈਫ, ਇਹਨਾਂ 'ਚੋਂ ਇੱਕ ਬਿੰਦਰ ਕੁਮਾਰ ਹੈ, ਸਨ ਆਫ ਦੇਵਰਾਮ, ਉਹ ਬਰੋਡ ਡੈਡ ਆਇਆ ਹੈਗਾ, ਤਾਂ ਉਹਨੂੰ ਅਸੀਂ ਸ਼ਿਫਟ ਕਰਤਾ ਮੋਰਚਰੀ ਦੇ ਵਿੱਚ, ਤਾਂ ਇਨਫੋਰਮੇਸ਼ਨ ਪੁਲਿਸ ਨੂੰ ਕਰ ਦਿੱਤੀ ਉਹਦੀ। ਦੂਸਰੀ ਉਹਨਾਂ ਦੀ ਵਾਈਫ ਹੈ ਵੀਨਾ ਰਾਣੀ, ਵਾਈਫ ਆਫ ਬਿੰਦਰ ਕੁਮਾਰ, ਉਹਨਾਂ ਨੂੰ ਮੇਰੇ ਖਿਆਲ ਨਾਲ ਇੱਕ ਲੱਤ ਦਾ ਹੱਥ ਦਾ ਫ੍ਰੈਕਚਰ ਲੱਗ ਗਿਆ, ਲੇਡੀ ਉਹਦਾ ਸਟੇਬਲ ਹੈਗੀ ਹੈ ਪਰ ਹੱਥ ਦਾ ਤਾਂ ਲੱਗਦਾ ਇੱਕ ਫ੍ਰੈਕਚਰ ਹੈਗਾ, ਤਾਂ ਰੈਫਰ ਕਰਤੀ ਉਹਨਾਂ ਨੂੰ। ਹਾਂ, ਉਹ ਆਪਣੀ ਮਰਜ਼ੀ ਨਾਲ ਲੈ ਕੇ ਗਏ ਵੀ ਅਸੀਂ ਆਪਣਾ ਮਰਜ਼ੀ ਨਾਲ ਬਾਹਰ ਪ੍ਰਾਈਵੇਟ 'ਚ ਇਲਾਜ ਕਰਵਾ। ਅਤੇ ਉਹਦੇ ਆਈ ਕਾਰਡ ਤੋਂ ਪਤਾ ਲੱਗਾ ਜੀ ASI ਹੈ ਸ਼ਾਇਦ ਪੁਲਿਸ ਦੇ ਵਿੱਚ। ਹਾਦਸੇ ਤੋਂ ਬਾਅਦ DSP ਫਗਵਾੜਾ ਸੁਰਿੰਦਰ ਚਾਂਦ ਨੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ। ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਨੇ ਬੱਸ ਚਾਲਕ ਅਤੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਦੀ 7:30 ਇੱਥੇ ਸ਼ੂਗਰ ਮਿਲ ਚੌਂਕ ਟੱਪ ਕੇ ਜਲੰਧਰ ਸਾਈਡ 'ਤੇ ਇੱਕ ਐਕਸੀਡੈਂਟ ਹੋਇਆ, ਸਾਡੇ ਏਸੀ ਬਿੰਦਰਪਾਲ ਸੀਗੇ ਭਾਣੋਗੀ ਪਿੰਡ ਦੇ, ਉਹ 'ਤੇ ਹਾਈਵੇ 'ਤੇ ਲੱਗੇ ਆ, ਇੰਚਾਰਜ ਲੱਗਾ ਸਪੋਰਟ ਦੇ, ਨਾਲ ਉਹਦੀ ਵਾਈਫ ਸੀ, ਕਿਸੇ ਫੰਕਸ਼ਨ ਤੋਂ ਆ ਰਹੇ ਸੀ ਦੋਵੇਂ ਜਾਣੇ। ਜਿਹੜਾ ਬੱਸ ਸੀ ਪਟਿਆਲਾ ਐਕਸਪ੍ਰੈਸ ਦੀ ਬੱਸ ਸੀ ਉਹ ਤਾਂ ਕਾਫੀ ਰਫਤਾਰ ਦੇ ਵਿੱਚ ਸੀਗੀ, ਉਹਨਾਂ ਦੇ ਮੋਟਰਸਾਈਕਲ ਉਹਨਾਂ ਹਿੱਟ ਕੀਤਾ, ਜਿਹਦੇ ਕਾਰਨ ASI ਬਿੰਦਰਪਾਲ ਦੇ ਵੀ ਕਾਫੀ ਸੱਟਾਂ ਲੱਗੀਆਂ ਅਤੇ ਉਹਨਾਂ ਦੇ ਵਾਈਫ ਦੇ ਵੀ ਕਾਫੀ ਸੱਟਾਂ ਲੱਗੀਆਂ, ਜਿਹੜਾ ਦੋਨਾਂ ਨੂੰ ਸਿਵਲ ਹੋਸਪਿਟਲ ਫਗਵਾੜਾ ਵਿੱਚ ਦਾਖਲ ਕਰਾਇਆ ਸੀ, ਜਿੱਥੇ ASI ਬਿੰਦਰਪਾਲ ਦੇ ਜ਼ਿਆਦਾ ਸੱਟਾਂ ਹੋਣ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ, ਅਤੇ ਉਹਨਾਂ ਦੀ ਵਾਈਫ ਨੂੰ ਉੱਥੋਂ ਰੈਫਰ ਕਰਕੇ ਨਰੂਲਾ ਹੋਸਪਿਟਲ ਐਡਮਿਟ ਕਰਾਇਆ। ਬੱਸ ਦਾ ਡਰਾਈਵਰ ਪਟਿਆਲਾ ਐਕਸਪ੍ਰੈਸ ਦਾ ਅਤੇ ਨਾਲ ਹੀ ਜਿਹੜਾ ਬੱਸ ਕਬਜ਼ੇ ਵਿੱਚ ਲੈ ਲਈ ਅਸੀਂ, ਜੋ ਫਰਦਰ ਬਣਦੀ ਕਾਰਵਾਈ ਇਹਨਾਂ ਦੇ ਖਿਲਾਫ ਅਸੀਂ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।